ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਮਨਪ੍ਰਤਿੰਦਰ ਸ਼ਰਮਾ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਗੁਰਦਾਸਪੁਰ ਜ਼ਿਮਨੀ ਚੋਣ ਨੂੰ ਸਿਰਫ ਇੱਕ ਦਿਨ ਬਚਿਆ ਤਾਂ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਚੋਣ ਲੜ ਚੁੱਕੇ ਗੁਰਵਿੰਦਰ ਸਿੰਘ ਸ਼ਾਮਪੁਰਾ ਇੱਕ ਵਾਰ ਫਿਰ ਤੋਂ ਅਕਾਲੀ ਦਲ 'ਚ ਸ਼ਾਮਿਲ ਹੋ ਗਿਆ ਇਹ ਸਭ ਕੁਝ ਕੀ ਹੋ ਰਿਹਾ ਮਨਪ੍ਰੀਤ ਜੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਹਨਾਂ ਦਾ ਕਾਦੀਆਂ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਵਾਲਾ ਉਮੀਦਵਾਰ ਕਮਲਪ੍ਰੀਤ ਸਿੰਘ ਕਾਕੀ ਛੱਡ ਕੇ ਗਿਆ ਸੀ ਮੈਂ ਇਸੇ ਪ੍ਰੋਗਰਾਮ 'ਚ ਆਖਿਆ ਸੀ ਕਿ ਅਜੇ ਕਈ ਹੋਰ ਜਾਣੇ ਆ ਕਮਲਪ੍ਰੀਤ ਸਿੰਘ ਕਾਕੀ ਕਾਂਗਰਸ ਪਾਰਟੀ 'ਚ ਲੱਗੇ ਸੀ ਜੀ ਜੋਗਿੰਦਰ ਸਿੰਘ ਛੀਨਾ ਫਿਰ ਦੀਨਾਨਗਰ ਤੋਂ ਜਿਹੜਾ ਸੀ ਉਹ ਭਾਰਤੀ ਜਨਤਾ ਪਾਰਟੀ 'ਚ ਲੱਗਾ ਗੁਰਪ੍ਰੀਤ ਘੁੱਗੀ ਵੈਸੇ ਪਾਰਟੀ ਛੱਡ ਗਿਆ ਪਾਰਲੀਮੈਂਟ ਹਲਕੇ 'ਚ ਹਲਕੇ ਤਾਂ ਅਸੈਂਬਲੀ ਦੇ ਨੌਂ ਹੀ ਪੈਂਦੇ ਨਵਾਂ 'ਚੋਂ ਤਿੰਨ ਇਹ ਸੀ ਜੀ ਚੌਥਾ ਹੁਣ ਗੁਰਵਿੰਦਰ ਸਿੰਘ ਸ਼ਾਮਪੁਰਾ 'ਚ ਲੱਗਾ ਕਮਲਪ੍ਰੀਤ ਸਿੰਘ ਕਾਕੀ ਨੇ ਜੋ ਕੁਝ ਕਾਂਗਰਸ ਬਾਰੇ ਆਖਿਆ ਸੀ ਉਸ ਪਾਰਟੀ ਜਾਣ ਲੱਗਿਆ ਉਹਨੂੰ ਚੇਤਾ ਨਾ ਰਿਹਾ ਕਿ ਮੈਂ ਕੀ ਕਹਿੰਦਾ ਰਿਹਾ ਜੋਗਿੰਦਰ ਸਿੰਘ ਛੀਨਾ ਜੋ ਅਕਾਲੀਆਂ ਅਤੇ ਭਾਜਪਾ ਬਾਰੇ ਕਹਿੰਦਾ ਰਿਹਾ ਸੀ ਉਹਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਕੀ ਕਹਿੰਦਾ ਰਿਹਾ ਗੁਰਪ੍ਰੀਤ ਘੁੱਗੀ ਇਸ ਗੱਲੋਂ ਤਾਂ ਅਣਖ ਵਾਲਾ ਕਦੇ ਛੱਡ ਕੇ ਗਿਆ ਅਤੇ ਪਾਸੇ ਚਲਾ ਗਿਆ ਕਦੇ ਦੂਸਰੇ ਚੁੱਲ੍ਹੇ ਦੇ ਉੱਤੇ ਜਾ ਕੇ ਰੋਟੀ ਪੱਕ ਦਿੱਤਾ ਨਹੀਂ ਡਿੱਕੀ ਪਾਸੇ ਹੋ ਗਿਆ ਹੁਣ ਗੁਰਵਿੰਦਰ ਸਿੰਘ ਸ਼ਾਮਪੁਰਾ ਇਹ ਇਸ ਵੇਲੇ ਵਾਪਸ ਗਿਆ ਅਕਾਲੀ ਦਲ 'ਚ ਇਹ ਕਹਿਣਾ ਗਲਤ ਆ ਕਿ ਅਕਾਲੀ ਦਲ 'ਚ ਸ਼ਾਮਿਲ ਹੋਇਆ ਆਖਿਆ ਉਹਨਾਂ ਨੇ ਇਹੋ ਜਿਹੀ ਅਕਾਲੀ ਦਲ 'ਚ ਸ਼ਾਮਿਲ ਹੋ ਗਿਆ ਸੱਚਾਈ ਕੀ ਹੈ 1996 ਵਿੱਚ ਇਹ ਬੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਿਆ ਜੀ 2011 ਤੱਕ ਲਗਾਤਾਰ 15 ਸਾਲ ਇਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ ਅਕਾਲੀ ਦਲ ਦੇ ਨਾਲ ਸੀ ਅਕਾਲੀਆਂ ਨੇ ਉਦੋਂ ਇਹਨੂੰ ਟਿਕਟ ਨਹੀਂ ਸੀ ਦੇਣੀ ਇਹ ਇੱਧਰ ਆਮ ਆਦਮੀ ਪਾਰਟੀ 'ਚ ਆ ਗਿਆ ਉਦੋਂ ਵੀ ਇੱਕ ਦਿਨ ਆ ਗਿਆ ਇੱਕ ਦਿਨ ਵਾਪਸ ਚਲਾ ਗਿਆ ਇੱਕ ਦਿਨ ਆ ਗਿਆ ਇੱਕ ਦਿਨ ਵਾਪਸ ਚਲਾ ਗਿਆ 2-3 ਵਾਰੀ ਕਰਕੇ ਫਿਰ ਇਹ ਵਾਪਸ ਨਹੀਂ ਸੀ ਗਿਆ ਆਮ ਆਦਮੀ ਪਾਰਟੀ ਵੱਲੋਂ ਟਿਕਟ ਲੈ ਲਈ ਚੋਣ ਲੜੀ 14,000 ਵੋਟ ਲੈ ਗਿਆ ਜੀ ਉਹਦੇ 'ਚ ਕੁਝ ਵੋਟ ਇਹਦੀ ਹੋਵੇਗੀ ਕੁਝ ਆਮ ਆਦਮੀ ਪਾਰਟੀ ਦੀ ਹੋਵੇਗੀ ਗੱਲ ਇਹ ਨਹੀਂ ਕਿ ਵਾਪਸ ਚਲਾ ਗਿਆ ਇਹ ਤਾਂ ਸਾਨੂੰ ਪਹਿਲਾਂ ਵੀ ਪਤਾ ਸੀ ਬਾਕੀਆਂ ਨੂੰ ਪਤਾ ਹੋਵੇ ਨਾ ਹੋਵੇ ਅਸੀਂ ਪੱਤਰਕਾਰੀ ਵਾਲੇ ਜਾਣਦੇ ਹਾਂ ਕਿ ਅੰਦਰ ਕੀ ਕੁਛ ਹੁੰਦਾ ਪਿਆ ਸੀ ਜਦੋਂ 4 ਫਰਵਰੀ ਨੂੰ ਵੋਟਾਂ ਪੈ ਗਈਆਂ ਅਤੇ 11 ਮਾਰਚ ਨੂੰ ਨਤੀਜਾ ਆਉਣਾ ਸੀ ਇਹਨਾਂ 5 ਹਫ਼ਤਿਆਂ ਦੌਰਾਨ ਘੱਟੋ ਘੱਟ 10 ਵਾਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀ ਜੇ ਆਮ ਆਦਮੀ ਪਾਰਟੀ ਦੇ 50-60 ਬੰਦੇ ਹੀ ਆਏ ਜਿੱਤ ਗਏ ਅਤੇ ਇਹਨਾਂ 'ਚੋਂ 15-20 ਤਾਂ ਟੁੱਟ ਕੇ ਸਾਡੇ ਨਾਲ ਆ ਜਾਣੇ ਬੰਦੇ ਤਾਂ ਸਾਡੇ ਉੱਧਰ ਨੂੰ ਚੋਣ ਲੜਦੇ ਪਏ ਅਸੀਂ ਹੱਸਦੇ ਹੁੰਦੇ ਸੀ ਕਿ ਇਹ ਕਹਿੰਦਾ ਬਾਅਦ ਵਿੱਚ ਪਤਾ ਲੱਗਾ ਕਿ ਸੱਚੀ ਮੁੱਚੀ ਕੁਛ ਉਹਨਾਂ ਦੇ ਬੰਦੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਦੇ ਪਏ ਸੀ ਜੀ ਉਹ ਹੁਣ ਵਾਪਸ ਜਾ ਰਹੇ ਨੇ ਅਕਾਲੀਆਂ ਦਾ ਇੱਕ ਵਾਰੀ ਇੱਕ ਬੰਦਾ ਬਾਦਲ ਧੜੇ ਨੂੰ ਛੱਡ ਕੇ ਸਿਮਰਜੀਤ ਸਿੰਘ ਮਾਨ ਨਾਲ ਚਲਾ ਗਿਆ ਸੀ ਅਗਲੇ ਸਾਲ ਵਾਪਸ ਚਲਾ ਗਿਆ ਉਹਨੂੰ ਪੁੱਛਿਆ ਜੀ ਫਲਾਣਾ ਬੰਦਾ ਤੁਹਾਡੇ ਨਾਲ ਛੱਡ ਗਿਆ ਅਤੇ ਸਿਮਰਜੀਤ ਸਿੰਘ ਮਾਨ ਕਹਿੰਦਾ ਸਾਡੇ ਡਿਪਾਰਟਮੈਂਟ 'ਚੋਂ ਡੈਪੂਟੇਸ਼ਨ 'ਤੇ ਆਇਆ ਸੀ ਹੁਣ ਡੈਪੂਟੇਸ਼ਨ ਦਾ ਪੀਰੀਅਡ ਪੂਰਾ ਹੋ ਗਿਆ ਅਤੇ ਉਹਨਾਂ ਨੇ ਵਾਪਸ ਸੱਦਿਆ ਉੱਥੇ ਚਲਾ ਗਿਆ ਕੋਈ ਗੱਲ ਨਹੀਂ ਇਹ ਹੁਣ ਗੁਰਵਿੰਦਰ ਸਿੰਘ ਸ਼ਾਮਪੁਰਾ ਵੀ ਡੈਪੂਟੇਸ਼ਨ 'ਤੇ ਆਇਆ ਸੀ ਉਹਦਾ ਕਾਰਨ ਕੀ ਹੈ ਕਿ ਉੱਥੇ ਟਿਕਟ ਮੰਗਦਾ ਸੀ ਨਹੀਂ ਮਿਲੀ ਇੱਧਰ ਆ ਗਿਆ ਇੱਧਰ ਹੁਣ ਗੱਲ ਨਹੀਂ ਬਣਦੀ ਵੇਖੀ ਅਤੇ ਵਾਪਸ ਚਲਾ ਗਿਆ ਹੁਣ ਉਹ ਕਹੀ ਜਾਂਦਾ ਜੀ ਅਕਾਲੀ ਦਲ ਬਹੁਤ ਵਧੀਆ ਪਰ ਜਿਹੜੇ ਉਹਨੇ ਅਸੈਂਬਲੀ ਦੀਆਂ ਚੋਣਾਂ ਲੜੀਆਂ ਉਦੋਂ ਇੱਕ ਉਹਨੇ ਇੰਟਰਵਿਊ ਦਿੱਤੀ ਹੈ ਜਿਹੜੀ ਅੱਜ ਵੀ ਯੂਟਿਊਬ ਦੇ ਉੱਤੇ ਪਈ ਹੋਈ ਆ ਜੀ ਉਸ ਇੰਟਰਵਿਊ 'ਚ ਕੀ ਕਹਿੰਦਾ ਸਾਡੀ ਪਾਰਟੀ ਬਗੈਰ ਗਨਮੈਨਾਂ ਤੋਂ ਪਿੰਡਾਂ 'ਚ ਜਾਂਦੀ ਆ ਅਤੇ ਅਕਾਲੀ ਦਲ ਵਾਲੇ ਇਹ ਹਾਰੀ ਹੋਈ ਪਾਰਟੀ ਹੈ ਪਿੰਡਾਂ 'ਚ ਇਹਨਾਂ ਨੂੰ ਕੋਈ ਵੜਨ ਨਹੀਂ ਦਿੰਦਾ ਇਸ ਕਰਕੇ ਇਹ ਗੁੰਡਾ ਬ੍ਰਿਗੇਡ ਅਤੇ ਪੁਲਿਸ ਦੀ ਧਾੜ ਲੈ ਕੇ ਆਉਂਦੇ ਆ ਜਿਨ੍ਹਾਂ ਨੂੰ ਉਦੋਂ ਕਹਿੰਦਾ ਸੀ ਗੁੰਡਾ ਬ੍ਰਿਗੇਡ ਲੈ ਕੇ ਆਉਂਦੇ ਆ ਅੱਜ ਉਸ ਗੁੰਡਾ ਬ੍ਰਿਗੇਡ 'ਚ ਸ਼ਾਮਿਲ ਹੋਵੇਗਾ ਫਿਰ ਉਸੇ ਇੰਟਰਵਿਊ 'ਚ ਇਹਨੇ ਇਹ ਆਖਿਆ ਸੀ ਕਿ ਬਿਕਰਮ ਸਿੰਘ ਮਜੀਠੀ ਦਾ ਨਾਂ ਅਸੀਂ ਥੋੜ੍ਹਾ ਲੈਂਦੇ ਹਾਂ ਇੱਕ DSP ਨੇ ਜਗਦੀਸ਼ ਭੋਲੇ ਨੇ ਉਹਦਾ ਨਾਂ ਲਿਆ ਡਰੱਗ 'ਚ ਇਹਨੇ ਬੜੀ ਲੰਬੀ ਚੌੜੀ ਇੰਟਰਵਿਊ ਦਿੱਤੀ ਸੀ ਜਿਹੜੀ ਅਮਰੀਕਾ ਦੇ ਇੱਕ ਚੈਨਲ ਨੂੰ ਦਿੱਤੀ ਅੱਜ ਤੱਕ ਯੂਟਿਊਬ 'ਤੇ ਪਈ ਆ ਉਹਦਾ ਕੀ ਜਵਾਬ ਦੇਵੇਗਾ ਇਹਨੇ ਗਿਣ ਗਿਣ ਕੇ ਮਿਹਣੇ ਮਾਰੇ ਸੀ ਅਕਾਲੀਆਂ ਨੂੰ ਉਹ ਕਹਿੰਦੇ ਕਿਸੇ ਨਾਲ ਲੜ ਵੀ ਪਈਏ ਅਤੇ ਇੰਨੀ ਗੁੰਜਾਇਸ਼ ਰੱਖਣੀ ਚਾਹੀਦੀ ਹੈ ਕਿ 10 ਸਾਲ ਬਾਅਦ ਵੀ ਕਿਤੇ ਮਿਲਣਾ ਪਵੇ ਅਤੇ ਸ਼ਰਮ ਨਾ ਆਵੇ ਹੁਣ ਜੇ ਲੜਕੇ ਅਕਾਲੀਆਂ 'ਚੋਂ ਆ ਹੀ ਗਿਆ ਸੀ ਆਮ ਆਦਮੀ ਪਾਰਟੀ 'ਚ ਅਤੇ ਉਦੋਂ ਸ਼ਰਮ ਰੱਖ ਕੇ ਬੋਲ ਲੈਂਦਾ ਜੀ
ਜੇ ਸ਼ਰਮ ਰੱਖ ਕੇ ਨਹੀਂ ਬੋਲਿਆ ਉੱਥੇ ਵਾਪਸ ਚਲਾ ਗਿਆ ਅਤੇ ਉਹ ਜਿਹੜੀਆਂ ਇੰਟਰਵਿਊ ਉਸ ਵਕਤ ਦਿੱਤੀਆਂ ਨੇ ਉਹ ਸਾਰੀਆਂ ਨਾਲ ਥੋੜ੍ਹੀ ਚੱਲ ਜਾਣੀਆਂ ਨੇ। ਇਹ ਇੱਕ ਅੱਧਾ ਬੰਦਾ ਨਹੀਂ, ਇੱਦਾਂ ਦੇ ਬਹੁਤ ਸਾਰੇ ਬੰਦੇ। ਅਸਲ ਗੱਲ ਕੀ ਹੈ ਕਿ ਅਕਾਲੀ ਦਲ ਦੇ ਵਿੱਚ ਦੋ ਵੱਡੇ ਲੀਡਰ ਹੁੰਦੇ ਸੀ, ਪਹਿਲਾਂ ਸੰਤ ਫਤਿਹ ਸਿੰਘ ਅਤੇ ਸੰਤ ਚਰਨ ਸਿੰਘ ਸੀਗੇ। ਫਿਰ ਉਹ ਦੋਵੇਂ ਸੰਤ ਚੜ੍ਹਾਈ ਕਰ ਗਏ, ਅਕਾਲ ਚਲਾਉਣਾ ਹੋ ਗਿਆ ਜੀ। ਉਹਦੇ ਬਾਅਦ ਅਕਾਲੀ ਦਲ ਦੇ ਵਿੱਚ ਵੱਡੇ ਦੋ ਲੀਡਰ ਬਣ ਗਏ, ਇੱਕ ਪ੍ਰਕਾਸ਼ ਸਿੰਘ ਬਾਦਲ ਅਤੇ ਇੱਕ ਗੁਰਚਰਨ ਸਿੰਘ ਟੌੜਾ। ਗੁਰਚਰਨ ਸਿੰਘ ਟੌੜਾ ਵੱਡਾ ਲੀਡਰ ਸੀ, ਬਾਦਲ ਛੋਟਾ ਸੀ। ਬਾਦਲ ਇੱਕ ਵਾਰੀ ਇੱਕ ਸਾਲ ਤੋਂ ਘੱਟ ਰਿਹਾ ਪਹਿਲਾਂ ਮੁੱਖ ਮੰਤਰੀ, ਦੂਜੀ ਵਾਰੀ ਪੌਣੇ ਤਿੰਨ ਸਾਲ ਰਿਹਾ। ਪਰ ਟੌੜਾ ਜਿਉਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ, ਸ਼੍ਰੋਮਣੀ ਕਮੇਟੀ ਆਪਣੇ ਆਪ 'ਚ ਗੌਰਮੈਂਟ ਵਿਦ ਇਨ ਗੌਰਮੈਂਟ ਹੈ, ਸਰਕਾਰ ਦੇ ਅੰਦਰ ਇੱਕ ਸਰਕਾਰ ਚੱਲਦੀ ਹੈ। ਇਹਦਾ ਤਿੰਨਾਂ ਰਾਜਾਂ ਦੇ ਵਿੱਚ ਖਲਾਰਾ, ਇਹਦੇ ਜਿਹੜੇ ਇਤਿਹਾਸਿਕ ਗੁਰਦੁਆਰਿਆਂ ਦੇ ਪ੍ਰਬੰਧ ਆ ਜੀ। ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ ਹੁੰਦੀ ਅਤੇ ਵਰਕਰਾਂ ਨੂੰ ਆਉਣ ਜਾਣ ਵਾਸਤੇ ਖਰਚ ਪੱਠਾ ਚਾਹੀਦਾ ਹੁੰਦਾ, ਉਦੋਂ ਉਹਨਾਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਬਣਾ ਦਿੰਦੇ ਆ ਅਤੇ ਗੁਰੂ ਕੀਆਂ ਗੋਲਕਾਂ 'ਚੋਂ ਖਰਚਾ ਦਿੰਦੇ ਆ। ਜਥੇਦਾਰ ਟੌੜਾ ਦੇ ਬੰਦੇ ਬਾਦਲ ਨਾਲੋਂ ਵੱਧ ਹੁੰਦੇ ਸੀ। ਜਦੋਂ ਬਾਦਲ 97 'ਚ ਮੁੱਖ ਮੰਤਰੀ ਤੀਜੀ ਵਾਰੀ ਬਣ ਗਿਆ ਅਤੇ ਸਰਕਾਰ ਦੀ ਗੋਲਕ ਹੱਥ ਆ ਗਈ, ਵਰਕਰਾਂ ਨੂੰ ਰਜਾਇਆ ਜਾ ਸਕਦਾ ਸੀ, ਇਹ ਟੌੜੇ ਨਾਲ ਛੱਡ ਕੇ ਅਤੇ ਬਾਦਲ ਨਾਲ ਜੁੜ ਗਏ। ਪਰ ਇਹ ਸਾਰੇ ਦੌਰ ਦੇ ਵਿੱਚ ਇਹ ਗਿਣਤੀ ਹੁੰਦੀ ਸੀ ਕਿ ਆਹ ਬੰਦੇ ਟੌੜੇ ਦੇ ਆ, ਆਹ ਬੰਦੇ ਬਾਦਲ ਦੇ ਆ। ਗੁਰਵਿੰਦਰ ਸਿੰਘ ਸ਼ਾਮਪੁਰੇ ਨੇ ਆਪਣੀ ਉਸ ਇੰਟਰਵਿਊ 'ਚ ਆਪ ਆਖਿਆ ਕਿ ਮੈਂ ਤਾਂ ਜੀ ਸ਼ੂਗਰ ਮਿੱਲ ਦਾ ਪ੍ਰਧਾਨ ਬਣਿਆ ਸਾਂ, 7 ਮੈਂਬਰ ਕੁੱਲ ਸੀ, ਮੈਂ ਆਜ਼ਾਦ ਜਿੱਤਿਆ ਸਾਂ, 7 ਦੇ ਵਿੱਚੋਂ ਜਿਹੜੇ ਹੈਗੇ ਆ 4 ਮੇਰੇ ਨਾਲ ਖਲੋ ਗਏ ਅਤੇ ਮੈਂ ਪ੍ਰਧਾਨ ਬਣ ਗਿਆ। ਮੇਰੇ ਕੋਲ ਜਥੇਦਾਰ ਟੌੜਾ ਸਾਹਿਬ ਆਏ, ਉਹਨਾਂ ਨੇ ਆਖਿਆ ਸਾਡੇ ਵੱਲੋਂ ਸ਼੍ਰੋਮਣੀ ਕਮੇਟੀ ਚੋਣ ਲੜ ਅਤੇ ਮੈਂ ਲੜ ਲਈ। ਇਹਦਾ ਮਤਲਬ ਕਿ ਟੌੜਾ ਤੁਹਾਡੇ ਸੀ। ਇਹ ਜਿੱਦਾਂ ਦੇ ਹਾਲਾਤ 'ਚੋਂ ਲੰਘੇ ਸੀ ਬੰਦੇ, ਅੱਜ ਔਖੀ ਘੜੀ ਵੇਖ ਕੇ ਉਹਨਾਂ ਪਾਰਟੀਆਂ 'ਚ ਛੱਡ ਛੱਡ ਕੇ ਫਿਰ ਅਕਾਲੀ ਦਲ ਵੱਲ ਜਾਂਦੇ ਪਏ, ਜਿਨ੍ਹਾਂ ਨੂੰ ਇਹ ਕਹਿੰਦਾ ਸੀ ਕਿ ਇਹਨਾਂ ਨੂੰ ਅਕਾਲੀ ਦਲ ਵਾਲਿਆਂ ਨੂੰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਜੀ, ਅੱਜ ਜਦੋਂ ਮੁੜ ਕੇ ਉਹਨਾਂ ਦੇ ਕੋਲ ਜਾਵੇਗਾ ਅਤੇ ਜੇ ਕੱਲ੍ਹ ਨੂੰ ਉਹ ਪੁਰਾਣੀ ਟੇਪ ਕਿਸੇ ਨੇ ਚਲਾ ਦਿੱਤੀ ਤਾਂ ਜਵਾਬ ਕੀ ਦੇਵੇਗਾ? ਗੱਲ ਗੁਰਦਾਸਪੁਰ ਦੀ ਜਿਮਨੀ ਚੋਣ ਦੀ ਥੋੜ੍ਹੀ ਆ, ਇੱਕ ਉਪ ਚੋਣ ਆਈ ਹੋ ਗਈ, ਅੱਜ ਚੋਣ ਪ੍ਰਚਾਰ ਬੰਦ ਹੋ ਗਿਆ, ਪਰਸੋਂ ਵੋਟਾਂ ਪੈ ਜਾਣਗੀਆਂ, 15 ਤਰੀਕ ਨੂੰ ਰਿਜ਼ਲਟ ਆ ਜਾਏਗਾ ਜੀ। ਪਰ ਜਿਹੜੀ ਹੁਣ ਤੱਕ ਦੀ ਕੀਤੀ ਕਤਰੀ ਸੀ, ਜਿਨ੍ਹਾਂ ਲੋਕਾਂ ਦੇ ਨਾਲ ਪਿਛਲਾ ਇੱਕ ਸਾਲ ਗੁਜ਼ਾਰਿਆ ਸੀ, ਜਿੰਨੇ ਸੋਹਲੇ ਗਏ ਸੀ ਅਰਵਿੰਦ ਕੇਜਰੀਵਾਲ ਦੇ, ਜਿੰਨੇ ਮਿਹਣੇ ਦਿੱਤੇ ਸੀ ਭਾਜਪਾ ਨੂੰ ਅਤੇ ਅਕਾਲੀਆਂ ਨੂੰ, ਉਹਨਾਂ ਮਿਹਣਿਆਂ ਉੱਤੇ ਕਾਟਾ ਕੌਣ ਮਾਰੇਗਾ? ਬੰਦੇ ਨੂੰ ਥੋੜ੍ਹੀ ਜਿਹੀ ਪਹਿਲਾਂ ਗੁੰਜਾਇਸ਼ ਰੱਖ ਕੇ ਬੋਲਣਾ ਚਾਹੀਦਾ ਸੀ ਜੀ, ਉਹ ਗੁੰਜਾਇਸ਼ ਨਹੀਂ ਰੱਖੀ, ਹੁਣ ਉਹਦੇ ਸਾਹਮਣੇ ਮੁਸ਼ਕਲਾਂ ਆ ਸਕਦੀਆਂ ਜੀ। ਪੰਨੂ ਸਾਹਿਬ, ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਰੁਕਣਾ ਪਏਗਾ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਪਹਿਲਾਂ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਇਫ ਯੂ ਲਾਈਕ ਦਿਸ ਵੀਡੀਓ, ਪਲੀਜ਼ ਸਬਸਕ੍ਰਾਈਬ ਦ ਚੈਨਲ, ਲਾਈਕ ਐਂਡ ਸ਼ੇਅਰ ਦਿਸ ਵੀਡੀਓ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ, ਗੋਧਰਾ ਕਾਂਡ 2002 ਦੇ ਵਿੱਚ ਹੋਇਆ ਸੀ, ਉਸਦੇ 11 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਹਾਈ ਕੋਰਟ ਨੇ ਮਾਫ਼ ਕਰ ਦਿੱਤਾ, ਸੋ ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ, ਗੋਧਰਾ ਕਾਂਡ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੇ ਮੋੜ ਦਾ ਜਿਹੜਾ ਪੁਆਇੰਟ ਆ ਗਿਣਿਆ ਜਾ ਸਕਦਾ। ਉਹਦੇ ਤੋਂ ਪਹਿਲਾਂ ਨਰਿੰਦਰ ਮੋਦੀ ਦਾ ਉਹ ਚਿਹਰਾ ਸਾਹਮਣੇ ਨਹੀਂ ਐਸੇ ਆਇਆ ਜਿਹੜਾ ਚਿਹਰਾ ਅੱਜ ਉਹਦਾ ਸਮਝਿਆ ਜਾਂਦਾ ਜੀ। ਤਿੱਖਾ, ਕੱਟੜ ਹਿੰਦੂਤਵੀ, ਉਹ ਚਿਹਰਾ ਉਸ ਤੋਂ ਪਹਿਲਾਂ ਸਾਹਮਣੇ ਨਹੀਂ ਸੀ ਆ। ਪਹਿਲਾਂ ਕੀ ਸੀ ਕਿ ਗੁਜਰਾਤ ਦੇ ਵਿੱਚ 3 ਬੀਜੇਪੀ ਦੇ ਵਰਕਰ ਹੁੰਦੇ ਸੀ, ਨਰਿੰਦਰ ਮੋਦੀ, ਸੰਜੇ ਜੋਸ਼ੀ, ਪ੍ਰਵੀਨ ਤੋਗੜੀ ਜੀ। ਤਿੰਨਾਂ ਦੇ ਕੋਲ ਇੱਕ ਮੋਟਰਸਾਈਕਲ ਸੀ, ਉਹ ਪ੍ਰਵੀਨ ਤੋਗੜੀ ਦਾ ਸੀ ਕਿਉਂਕਿ ਉਹ ਡਾਕਟਰ ਸੀ। ਦੂਸਰੇ ਦੋ ਮੋਟਰਸਾਈਕਲ ਚਲਾਉਣਾ ਜਾਣਦੇ ਸੀ, ਮੋਦੀ ਨੂੰ ਸਾਈਕਲ ਚਲਾਉਣਾ ਵੀ ਨਹੀਂ ਸੀ ਆਉਂਦਾ, ਉਹ ਵਾਰੀ ਵਾਰੀ ਚਲਾਉਂਦੇ ਸੀ ਅਤੇ ਇਹ ਮਗਰ ਬੈਠਦਾ ਸੀ। ਬਾਅਦ ਵਿੱਚ ਕੁਝ ਆਪੋ 'ਚ ਮਤਭੇਦ ਹੋ ਗਏ, ਤੋਗੜੀਆ ਵਿਸ਼ਵ ਹਿੰਦੂ ਪਰਿਸ਼ਦ ਵਿੱਚ ਚਲਾ ਗਿਆ, ਜੋਸ਼ੀ ਨੇ ਉੱਪਰ ਪ੍ਰੈਸ਼ਰ ਪਾ ਕੇ ਅਤੇ ਇਹਨੂੰ ਹਰਿਆਣੇ 'ਚ ਘੱਲਤਾ ਅਤੇ ਹਰਿਆਣੇ ਦੇ ਵਿੱਚੋਂ ਨਾਂ ਨਹੀਂ ਬੀਤੇ ਉਹਨਾਂ ਪੰਜਾਬ ਭੇਜਤਾ। ਉੱਧਰ ਬੀਜੇਪੀ ਦੀ ਸਰਕਾਰ ਚੱਲਦੀ ਸੀ ਗੁਜਰਾਤ 'ਚ, ਕਦੇ ਸ਼ੰਕਰ ਸਿੰਘ ਵਘੇਲਾ, ਕਦੇ ਕੇਸ਼ੂ ਭਾਈ ਪਟੇਲ, ਉਹ ਟਕਰਾਅ 'ਚ ਸਾਂਝਾ ਬੰਦਾ ਭਾਲਦੇ ਸੀ। ਅਡਵਾਨੀ ਦੇ ਕਹਿਣ 'ਤੇ ਵਾਜਪੇਈ ਨੇ ਮੰਨ ਲਿਆ ਕਿ ਨਰਿੰਦਰ ਮੋਦੀ ਨੂੰ ਜਾ ਕੇ, ਨਵਾਂ ਮੁੰਡਾ ਹੈ ਸਾਡੇ ਕਹਿ 'ਚ ਚੱਲੂਗਾ, ਇਹਨੂੰ ਮੁੱਖ ਮੰਤਰੀ ਬਣਾ ਦਿਓ ਜੀ। ਜਿਸ ਦਿਨ ਇਹ ਮੁੱਖ ਮੰਤਰੀ ਬਣਦਾ, ਕੇਸ਼ੂ ਭਾਈ ਪਟੇਲ ਦੇ ਵੀ ਪੂਰਾ ਚੁੱਕ ਕੇ ਜ਼ਮੀਨ 'ਤੇ ਜਾ ਕੇ ਇਹਨੇ ਪੈਰੀਂ ਹੱਥ ਲਾਏ ਸੀ। ਸੁਸ਼ਮਾ ਸਵਰਾਜ ਦਿੱਲੀ ਤੋਂ ਗਈ ਸੀ, ਉਹਦੇ ਵੀ ਲਾਏ ਸੀ। ਉਦੋਂ ਤੱਕ ਬੜਾ ਨਿਮਾਣਾ ਜਿਹਾ ਸੀ, ਨਿਰਮਾਣ ਜਿਹਾ। 2 ਸਾਲ ਬਾਅਦ ਗੋਧਰਾ ਕਾਂਡ ਹੋ ਗਿਆ,
ਉਹਦੇ ਤੋਂ ਬਾਅਦ ਨਰਿੰਦਰ ਮੋਦੀ ਦਾ ਲੋਕਾਂ ਨੇ ਫਿਰ ਵਿਰਾਟ ਰੂਪ ਵੇਖਿਆ, ਉੱਥੇ ਦੰਗੇ ਹੋਏ। ਕਾਂਡ ਕੀ ਸੀ? ਅਯੁੱਧਿਆ 'ਚ ਬਾਬਰੀ ਮਸਜਿਦ ਢਾਈ ਆ, ਰਾਮ ਮੰਦਿਰ ਬਣਾਉਣਾ, ਉੱਥੇ ਪੱਥਰ ਤਰਾਸ਼ਣ ਦਾ ਕੰਮ ਹੁੰਦਾ ਸੰਗਮਰਮਰ ਦਾ। ਇੱਥੋਂ ਗੁਜਰਾਤ ਦੇ ਵਿੱਚੋਂ ਵੀ ਗੱਡੀਆਂ ਭਰ ਭਰ ਜਾਂਦੀਆਂ ਸਨ। ਸਾਬਰਮਤੀ ਐਕਸਪ੍ਰੈਸ ਗਈ, ਉੱਥੋਂ ਜਿਹੜੇ ਕਾਰ ਸੇਵਕ ਮੁੜਦੇ ਪਏ ਸੀ ਅਯੁੱਧਿਆ ਤੋਂ, ਗੋਧਰਾ ਦੇ ਸਟੇਸ਼ਨ 'ਤੇ ਗੱਡੀ ਖਲੋਤੀ, ਚਾਹ ਚੂਹ ਪੀਣ ਲੱਗੇ, ਕੁਛ ਲੋਕਾਂ ਨਾਲ ਝਗੜਾ ਹੋ ਗਿਆ। ਗੱਡੀ ਉੱਥੋਂ 400 ਗਜ਼ ਨਹੀਂ ਗਈ, ਉਹਨੂੰ ਅੱਗ ਲੱਗ ਗਈ। ਕੁਛ ਲੋਕ ਇਹ ਕਹਿੰਦੇ ਆ ਕਿ ਬਾਹਰੋਂ ਜਿਹੜੇ ਚਾਹ ਵਾਲੇ ਮੁਸਲਮਾਨ ਚਾਹ ਪਿਆਉਣ ਵਾਲੇ ਸਨ, ਉਹਨਾਂ ਦਾ ਅਤੇ ਕਾਰ ਸੇਵਕਾਂ ਦਾ ਝਗੜਾ ਹੋਇਆ ਅਤੇ ਕਾਰ ਸੇਵਕਾਂ ਪੈਸੇ ਨਹੀਂ ਦਿੱਤੇ ਅਤੇ ਉਹਨਾਂ ਜਾ ਕੇ ਅੱਗ ਲਾ ਦਿੱਤੀ। ਕੁਛ ਲੋਕ ਇਹ ਕਹਿੰਦੇ ਆ ਕਿ ਅੱਗ ਲਾਉਣ ਵਾਸਤੇ ਤੁਸੀਂ ਕਹਿੰਦੇ ਆ ਜੀ ਬਾਹਰੋਂ ਪੈਟਰੋਲ ਦੇ ਬੰਬ ਸੁੱਟੇ ਗਏ ਅਤੇ ਅੱਗ ਸੁੱਟੀ ਗਈ, ਪਰ ਜਿੱਥੋਂ ਗੱਡੀ ਲੰਘਦੀ ਪਈ ਆ ਦੋਵੇਂ ਪਾਸੇ ਰੇਲਵੇ ਦੀ ਦੀਵਾਰ ਉੱਚੀ ਆ ਔਰ ਇੰਨੀ ਦੂਰ ਹੈ ਕਿ ਐਡੀ ਦੂਰੋਂ ਸੁੱਟੀ ਬੋਤਲ ਉਸ ਤੱਕ ਪਹੁੰਚ ਨਹੀਂ ਸਕਦੀ। ਫਿਰ ਅੱਗ ਕਿੱਦਾਂ ਲੱਗੀ? ਕਹਿੰਦੇ ਜੀ ਗੱਡੀ ਦੇ ਡੱਬੇ, ਉਸ ਦੇ ਵਿੱਚ 67 ਕਾਰ ਸੇਵਕ ਸੀ, ਉਹਨਾਂ ਨੇ ਆਪਣੇ ਚਾਹ ਪਾਣੀ ਵਾਸਤੇ ਸਟੋਵ ਰੱਖਿਆ ਸੀ, ਸਟੋਵ ਫਟ ਗਿਆ, ਅੱਗ ਲੱਗ ਗਈ। ਹੁਣ ਸੱਚ ਕੀ ਹੈ ਸਾਨੂੰ ਪਤਾ ਨਹੀਂ। ਨਿਤੀਸ਼ ਕੁਮਾਰ ਰੇਲ ਮੰਤਰੀ ਸੀ ਵਾਜਪੇਈ ਸਰਕਾਰ ਵਿੱਚ, ਉਹ ਨਰਿੰਦਰ ਮੋਦੀ ਦੇ ਪੱਖ ਦੀ ਬੋਲੀ ਬੋਲਦਾ ਰਿਹਾ ਜੀ। 2 ਸਾਲ ਬਾਅਦ 2004 ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਆ ਗਈ, ਰੇਲ ਮੰਤਰੀ ਲਾਲੂ ਪ੍ਰਸਾਦ ਬਣ ਗਿਆ। ਇਹਨੇ ਇੱਕ ਆਪਣਾ ਕਮਿਸ਼ਨ ਅਪੁਆਇੰਟ ਕੀਤਾ ਜਿਹਨੇ ਨਰਿੰਦਰ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਤਾ। ਉਸ ਗੱਡੀ ਨੂੰ ਅੱਗ ਲੱਗਣ ਤੋਂ ਬਾਅਦ ਸਾਰੇ ਗੁਜਰਾਤ 'ਚ ਦੰਗੇ ਫੈਲ ਗਏ ਸੀ। ਉਹਨਾਂ ਦੰਗਿਆਂ ਦੌਰਾਨ ਨਰਿੰਦਰ ਮੋਦੀ ਨੇ ਕਿੱਥੇ ਕਿੱਥੇ ਜਾ ਕੇ ਕੀ ਆਖਿਆ, ਜੇ ਅਸੀਂ ਨੈੱਟ 'ਤੇ ਲੱਭੀਏ ਤਾਂ ਬੜੀਆਂ ਭੱਦੀਆਂ ਟਿੱਪਣੀਆਂ ਲੱਭਦੀਆਂ। 7 ਦਿਨ ਲਗਾਤਾਰ ਉਹ ਦੰਗਾ ਚੱਲਦਾ ਰਿਹਾ, ਇਹਨੇ ਕਾਰਵਾਈ ਨਹੀਂ ਕੀਤੀ ਜੀ। ਪੁਲਿਸ ਵਾਲੇ ਵੀ ਕਾਰਵਾਈ ਕਰਨਾ ਚਾਹੁੰਦੇ ਸੀ ਅਤੇ ਰੋਕ ਦਿੱਤੇ ਗਏ। ਹੁਣ ਕੁਛ ਲੋਕ ਇਹ ਕਹਿੰਦੇ ਜੀ ਨਰਿੰਦਰ ਮੋਦੀ ਨੇ ਕਿਹਾ ਸੀ ਬੜੇ ਚਿਰਾਂ ਦਾ ਗੁੱਸਾ ਭਰਿਆ, ਹਿੰਦੂਆਂ ਨੂੰ ਕੱਢ ਲੈਣ ਦਿਓ। ਮੈਨੂੰ ਨਹੀਂ ਪਤਾ ਕਿਹਾ ਕਿ ਨਹੀਂ ਕਿਹਾ, ਨੈੱਟ 'ਤੇ ਗੱਲਾਂ ਚੱਲਦੀਆਂ ਨੇ। ਗੋਧਰਾ ਕਾਂਡ ਬਾਰੇ 2-3 ਕਿਸਮ ਦੀਆਂ ਕਹਾਣੀਆਂ ਬਣੀਆਂ, ਅਖੀਰ ਕੁਛ ਲੋਕਾਂ ਦੇ ਉੱਤੇ ਕੇਸ ਬਣ ਗਿਆ। ਉਹਨਾਂ 'ਚੋਂ 63 ਬੰਦਿਆਂ ਨੂੰ ਹੇਠਲੀ ਅਦਾਲਤ ਨੇ ਛੱਡਤਾ, 31 ਨੂੰ ਸਜ਼ਾ ਦਿੱਤੀ, ਉਹਨਾਂ 31 'ਚੋਂ 11 ਨੂੰ ਫਾਂਸੀ ਦਾ ਹੁਕਮ ਕਰਤਾ ਜੀ। ਹੁਣ ਉਸ ਕੇਸ ਦਾ ਫੈਸਲਾ ਹੋਇਆ ਜਾ ਕੇ ਹਾਈ ਕੋਰਟ 'ਚ। 15 ਸਾਲ ਹੋ ਗਏ ਉਸ ਕੇਸ ਵਾਪਰੇ ਨੂੰ 2002 ਤੋਂ ਬਾਅਦ। ਹਾਈ ਕੋਰਟ ਨੇ ਅੱਜ ਸਵੇਰੇ ਉਸ ਫੈਸਲੇ 'ਚ ਜਿਹੜੇ 11 ਜਣਿਆਂ ਨੂੰ ਫਾਂਸੀ ਸੀ ਉਹਨਾਂ ਦੀ ਫਾਂਸੀ ਤੋੜ ਦਿੱਤੀ। ਉਹਨਾਂ ਨੇ ਆਖਿਆ ਜੀ ਉਮਰ ਕੈਦ ਠੀਕ, ਹੁਣ ਫਾਂਸੀ ਕਿਸੇ ਨੂੰ ਨਹੀਂ ਰਹਿ ਗਈ। ਸੁਪਰੀਮ ਕੋਰਟ ਵਿੱਚ ਵੀ ਜਾਵੇ ਅਤੇ ਜੇ ਹਾਈ ਕੋਰਟ ਨੇ ਤੋੜੀ ਹੋਵੇ ਫਾਂਸੀ, ਤਾਂ ਆਮ ਤੌਰ 'ਤੇ ਉਹ ਫਿਰ ਤੋੜੀ ਰਹਿੰਦੀ ਹੈ, ਬਣਦੀ ਨਹੀਂ। ਦੂਸਰੇ ਜਿਹੜੇ ਆ ਉਹਨਾਂ ਦੀ ਵੀ ਉਮਰ ਕੈਦ ਰਹਿ ਗਈ ਜੀ। ਨਾਲ ਵੱਡੀ ਗੱਲ ਇਹ ਆ ਕਿ ਹਾਈ ਕੋਰਟ ਨੇ ਇਹ ਫਾਂਸੀ ਤੋੜਨ ਲੱਗਿਆਂ ਹੇਠਲੀ ਅਦਾਲਤ ਦੇ ਫੈਸਲੇ ਦਾ ਨੁਕਸ ਤਾਂ ਕੱਢਿਆ ਹੀ ਕੱਢਿਆ, ਅਗਲਾ ਕੰਮ ਇਹ ਕਰ ਦਿੱਤਾ ਕਿ ਟਿੱਪਣੀਆਂ ਕੀਤੀਆਂ ਨੇ ਉਸ ਵੇਲੇ ਦੀ ਗੁਜਰਾਤ ਦੀ ਸਰਕਾਰ ਦੇ ਖਿਲਾਫ਼, ਜਿਹੜੀ ਸਰਕਾਰ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਸੀ। ਉਹਨਾਂ ਨੇ ਆਖਿਆ ਜਦੋਂ ਰਾਜ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਸੀ, ਕਿਸੇ ਵੀ ਰਾਜ ਸਰਕਾਰ ਨੂੰ ਜਦੋਂ ਫੇਲ ਆਖਿਆ ਜਾਂਦਾ ਤਾਂ ਰਾਜ ਸਰਕਾਰ ਫੇਲ ਨਹੀਂ ਹੁੰਦੀ, ਮੁੱਖ ਮੰਤਰੀ ਫੇਲ ਹੁੰਦਾ ਜੀ। ਅਤੇ ਇਹ ਟਿੱਪਣੀ ਉਸ ਮੁੱਖ ਮੰਤਰੀ ਬਾਰੇ ਆ ਜਿਹੜਾ ਇਸ ਵੇਲੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਹਾਈ ਕੋਰਟ ਇਹ ਆਖਿਆ ਕਿ ਮੁੱਖ ਮੰਤਰੀ ਦੇ ਤੌਰ 'ਤੇ ਬੰਦਾ ਫੇਲ ਸੀ, ਅਤੇ ਕੱਲ੍ਹ ਨੂੰ ਲੋਕ ਕਹਿਣਗੇ ਫਿਰ ਪ੍ਰਧਾਨ ਮੰਤਰੀ ਦੇ ਤੌਰ 'ਤੇ। ਜਿਹੜੀਆਂ ਟਿੱਪਣੀਆਂ ਕਰਨੀਆਂ ਕਿ ਉਹਨਾਂ ਦਿਨਾਂ ਦੇ ਵਿੱਚ ਰਾਜ ਸਰਕਾਰ ਸਥਿਤੀ ਸੰਭਾਲ ਨਹੀਂ ਸਕੀ, ਕਈ ਦਿਨ ਦੰਗਾ ਚੱਲਦਾ ਰਿਹਾ, ਲੋਕ ਮਰਦੇ ਰਹੇ। ਨਾਲ ਇਹ ਵੀ ਕਹਿਤਾ ਕਿ ਉਸ ਵਕਤ ਦੀ ਰੇਲਵੇ ਦੀ ਐਡਮਿਨਿਸਟ੍ਰੇਸ਼ਨ ਵੀ ਨਿਕੰਮੀ ਸਾਬਤ ਹੋਈ, ਉਹ ਵੀ ਫੇਲ ਹੋ ਗਈ, ਸੰਭਾਲ ਨਹੀਂ ਸਕੀ। ਅਤੇ ਰੇਲਵੇ ਕਿਹਦੀ ਸੀ? ਕੇਂਦਰ ਸਰਕਾਰ ਵਾਜਪੇਈ ਦੀ ਸੀ ਜੀ, ਰੇਲ ਮੰਤਰੀ ਨਿਤੀਸ਼ ਕੁਮਾਰ ਹੁੰਦਾ ਸੀ। ਜੇ ਨਿਤੀਸ਼ ਕੁਮਾਰ ਲਾਲੂ ਪ੍ਰਸਾਦ ਅਤੇ ਕਾਂਗਰਸ ਦੇ ਨਾਲ ਹੁੰਦਾ ਤਾਂ ਫਿਰ ਸਮਝ ਲੈਣਾ ਸੀ ਹਾਈ ਕੋਰਟ ਨੇ ਦੋਵਾਂ ਧਿਰਾਂ ਨੂੰ ਬਰਾਬਰ ਕਰਤਾ। ਹੁਣ ਤਾਂ ਨਿਤੀਸ਼ ਕੁਮਾਰ ਵੀ ਨਰਿੰਦਰ ਮੋਦੀ ਦੇ ਨਾਲ ਹੈ ਜੀ। ਇਹਦਾ ਮਤਲਬ ਇਹ ਆ ਕਿ ਅੱਜ ਦਾ ਤਾਜ਼ਾ ਫੈਸਲਾ ਜਿਹੜਾ ਹਾਈ ਕੋਰਟ ਨੇ ਦਿੱਤਾ, ਇੱਕ ਤਰ੍ਹਾਂ ਨਾਲ ਉਸ ਵਕਤ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ਼ ਵੀ ਆ, ਨਿਤੀਸ਼ ਕੁਮਾਰ ਦੇ ਰੇਲ ਮਹਿਕਮੇ ਦੇ ਖਿਲਾਫ਼ ਵੀ ਆ। ਭਾਰਤ ਵਿੱਚ ਇੱਕ ਬੜੇ ਚਿਰ ਦੀ ਮੰਗ ਉੱਠਦੀ ਪਈ ਆ ਕਿ ਫਾਂਸੀ ਦੀ ਸਜ਼ਾ ਖਤਮ ਕਰ ਦਿਓ। ਸਜ਼ਾ ਤਾਂ ਇਹ ਵੀ ਉੱਠਦੀ ਪਈ ਆ ਕਿ ਜੇ ਫਾਂਸੀ ਕਿਸੇ ਨੂੰ ਦੇਣੀ ਆ ਤਾਂ ਮੌਤ ਦੀ ਸਜ਼ਾ ਵਾਸਤੇ ਕੋਈ ਹੋਰ ਤਰੀਕਾ ਲੱਭ ਲਓ, ਫਾਂਸੀ ਬੜਾ ਜ਼ਾਲਮ ਤਰੀਕਾ ਹੁੰਦਾ। ਕਈਆਂ ਗੱਲਾਂ ਦੀ ਬਹਿਸ ਚੱਲਦੀ ਪਈ ਆ। ਉਸ ਪੱਖ ਤੋਂ ਕਈ ਲੋਕ ਕਹਿਣਗੇ ਕਿ ਚਲੋ ਫਾਂਸੀ ਲਾ ਕੇ ਵੀ ਕਿਹੜਾ ਕੁਛ ਲੱਭਣਾ ਸੀ, ਉਹਨਾਂ ਸਾਰਿਆਂ ਦੀ ਫਾਂਸੀ ਤੋੜ ਦਿੱਤੀ, ਠੀਕ ਕੀਤਾ। ਕੁਛ ਲੋਕ ਇਹ ਵੀ ਕਹਿਣਗੇ ਕਿ ਕੀ ਪਤਾ ਇਹ ਦੋਸ਼ੀ ਵੀ ਸੀ ਕਿ ਨਹੀਂ। ਜਦੋਂ ਭੀੜ ਭੜਕੀ ਹੁੰਦੀ ਆ, 100, 200, 400 ਬੰਦੇ ਤੁਰੇ ਜਾਂਦੇ ਹੋਣ,
ਉਹਨਾਂ 'ਚੋਂ ਦੋ ਤਿੰਨ ਬੰਦਿਆਂ 'ਤੇ ਕੇਸ ਬਣਾ ਕੇ ਅਤੇ ਗਵਾਹੀਆਂ ਭੁਗਤਾ ਦਿਓ, ਫਾਂਸੀ ਲਵਾ ਦਿਓ। ਇਹ ਹੋ ਸਕਦਾ ਉਹ ਭੀੜ ਦੇ ਵਿੱਚ ਸ਼ਾਮਿਲ ਹੋਣ ਪਰ ਪਿੱਛੇ ਹੋਣ, ਅਗਲੇ ਪਾਸੇ ਅੱਗ ਲਾਉਣ ਵਾਲੇ ਕੋਈ ਹੋਰ ਹੋਣ ਜੀ। ਇਹ ਕਿਉਂਕਿ ਗੁਨਾਹ ਦੇ ਵਿੱਚ ਸ਼ੱਕ ਦੀ ਗੁੰਜਾਇਸ਼ ਸੀ, ਇਹ ਸ਼ੱਕ ਦੀ ਗੁੰਜਾਇਸ਼ ਨੂੰ ਲੈ ਕੇ ਗੁਜਰਾਤ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ, ਉਹ ਫੈਸਲਾ ਸਵਾਗਤਯੋਗ ਹੈ। ਅਗਲੀ ਗੱਲ ਜਿਹੜੀ ਕਰਨ ਵਾਲੀ ਉਹ ਇਹ ਕਿ ਕਿਉਂਕਿ ਭਾਰਤ ਵਿੱਚ ਦੰਗੇ ਮੁੜ ਮੁੜ ਵਾਪਰਦੇ ਜੀ, ਜਦੋਂ ਵੀ ਵਾਪਰਦੇ ਅਸੀਂ ਕਹਿੰਦੇ ਉਹਨੂੰ ਦੰਗਾ, ਅਸਲ 'ਚ ਦੰਗਾ ਨਹੀਂ ਹੁੰਦਾ। ਦੰਗਾ ਤਾਂ ਹੁੰਦਾ ਜੇ ਦੋ ਧਿਰਾਂ ਲੜਨ, ਜੇ ਇੱਕ ਧਿਰ ਕੁੱਟ ਖਾ ਰਹੀ ਹੋਵੇ ਅਤੇ ਦੂਸਰੀ ਧਿਰ ਕੁੱਟਦੀ ਹੋਵੇ, ਉਹ ਇੱਕ ਤਰਫਾ ਕਤਲੇਆਮ ਹੁੰਦਾ, ਜਿਸ ਤਰ੍ਹਾਂ ਦਿੱਲੀ 'ਚ ਹੋਇਆ ਸੀ ਜੀ। ਹਾਈ ਕੋਰਟ ਦੇ ਇਸ ਫੈਸਲੇ ਤੋਂ ਸਿੱਧਾ ਲੈ ਕੇ ਇਹ ਪ੍ਰਬੰਧ ਕਰਨਾ ਚਾਹੀਦਾ ਕਿ ਜਿਹੜਾ 21ਵੀਂ ਸਦੀ 'ਚ ਭਾਰਤ ਉਹ ਚੰਦਰਮਾ ਤੋਂ ਅੱਗੇ ਮੰਗਲ ਤਾਰੇ ਤੱਕ ਪਹੁੰਚ ਗਿਆ, ਉਹਦੇ ਵਿੱਚ ਅਜੇ ਵੀ ਇਹ ਹਾਲਤ, ਕਿਉਂਕਿ ਨਿੱਕੀ ਨਿੱਕੀ ਗੱਲ 'ਤੇ ਲੋਕ ਦੰਗਾ ਫਸਾਦ ਵਿੱਚ ਉਲਝ ਜਾਂਦੇ, ਭਵਿੱਖ ਦੇ ਵਿੱਚ ਇਹ ਦੰਗੇ ਫਸਾਦ ਛੱਡਣੇ ਪੈਣਗੇ। ਜੇ ਭਾਰਤ ਨੇ ਤਰੱਕੀ ਕਰਨੀ ਹੈ ਤਾਂ ਕੁਝ ਕਰਨਾ ਪਏਗਾ। ਹਾਈ ਕੋਰਟ ਦੇ ਫੈਸਲੇ ਨੂੰ ਇਸ ਰੋਸ਼ਨੀ 'ਚ ਲੈ ਕੇ ਨਵੇਂ ਸਿਰਿਓਂ ਵਿਚਾਰ ਕਰਨ ਦੀ ਲੋੜ ਜੀ। ਪਨੂੰ ਸਾਹਿਬ, ਅਗਲੇ ਪੜਾਅ ਤੋਂ ਪਹਿਲਾਂ ਅਸੀਂ ਇੱਕ ਵਾਰ ਫਿਰ ਤੋਂ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਸਬਸਕ੍ਰਾਈਬ ਦ ਚੈਨਲ, ਲਾਈਕ ਐਂਡ ਸ਼ੇਅਰ ਦਿਸ ਵੀਡੀਓ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਮੈਨੂੰ ਸਰ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ, ਉਸਦੀ ਕੰਪਨੀ ਦੇ ਵਿੱਚ 11,000 ਗੁਣਾ ਕਮਾਈ ਵੱਧ ਆਉਣ ਦਾ ਮਾਮਲਾ ਸਾਹਮਣੇ ਆਇਆ। ਸੋ ਜੈ ਸ਼ਾਹ ਕਹਿੰਦਾ ਹੈ ਕਿ ਇਸ ਪੂਰੇ ਮਾਮਲੇ ਦੇ ਉੱਤੇ ਮਾਨਹਾਨੀ ਦਾ ਕੇਸ ਕੀਤਾ ਜਾਵੇਗਾ, ਇਹ ਪੂਰਾ ਮਾਮਲਾ ਕੀ ਹੈ? ਦੇਖੋ, ਜਿਹੜਾ ਜੈ ਸ਼ਾਹ ਹੈ, ਉਹਦਾ ਪੂਰਾ ਨਾਮ ਜੈ ਅਮਿਤ ਸ਼ਾਹ ਜੀ, ਉਹ ਪਿਛਲੇ ਸਮੇਂ 'ਚ ਕਾਰੋਬਾਰ ਕਰਦਾ ਰਿਹਾ, ਉਹਦਾ ਕਾਰੋਬਾਰ ਵਧੀਆ ਨਹੀਂ ਸੀ ਚੱਲਦਾ। ਹੁਣ ਵਧੀਆ ਚੱਲਦਾ ਪਰ ਕਿੰਨਾ ਕੁ ਵਧੀਆ ਚੱਲਦਾ ਇਹ ਭਾਰਤ ਦੇ ਲੋਕ ਨਹੀਂ ਜਾਣਦੇ, ਅਸੀਂ ਵੀ ਨਹੀਂ ਜਾਣਦੇ, ਸਾਨੂੰ ਪੱਤਰਕਾਰਾਂ ਨੂੰ ਵੀ ਹਰ ਗੱਲ ਦਾ ਪਤਾ ਨਹੀਂ ਹੁੰਦਾ। ਕਿਸੇ ਦੀ ਕੰਪਨੀ ਦੇ ਅੰਦਰੂਨੀ ਰਾਜ ਇਹ ਲੱਭਣੇ ਉੱਦਾਂ ਵੀ ਕੋਈ ਚੰਗਾ ਨਹੀਂ ਲੱਗਦਾ, ਕੋਈ ਜਾ ਕੇ ਫੋੜਾ ਫੜੀ ਕਰਦਾ ਪਿਆ। ਇੱਕ ਵੈਬਸਾਈਟ ਹੈ, ਵੈਬ ਪੇਪਰ ਚੱਲਦਾ, ਉਹਨਾਂ ਨੇ ਰਿਪੋਰਟ ਦੇ ਦਿੱਤੀ ਹੈ ਕਿ ਕੰਪਨੀ ਲਗਾਤਾਰ ਘਾਟੇ 'ਚ, ਔਰ ਘਾਟਾ ਵੀ ਕਰੋੜਾਂ 'ਚ ਨਹੀਂ, ਕਦੇ 100 ਕਰੋੜ, ਕਦੇ 150 ਕਰੋੜ, ਵੱਡਾ ਘਾਟਾ ਪੈਂਦਾ ਰਿਹਾ ਜੀ। ਇਹ 2013 ਤੱਕ ਰਿਹਾ, 2014 ਤੋਂ ਬਾਅਦ ਕੰਪਨੀ ਵੱਧਦੇ ਜਾਣ ਲੱਗ ਪਈ, ਅਤੇ ਵੱਧਦੇ ਵੱਧਦੇ ਕਿੱਥੋਂ ਤੱਕ ਚਲੀ ਗਏ? ਕਿਸੇ ਦਾ ਵਾਧਾ ਹੋਵੇ, ਜੇ ਉਹਨੂੰ ਅੱਗੇ 100 ਕਰੋੜ ਦਾ ਘਾਟਾ ਹੋਵੇ ਅਤੇ ਹੁਣ ਇੱਕਦਮ ਘਾਟਾ ਬੰਦ ਕਰਕੇ ਪੂਰਾ ਪੂਰਤੇ ਆ ਜਾਏ, ਇਹ ਵੀ 100% ਵਾਧਾ ਹੁੰਦਾ। ਜੇ 100 ਦਾ ਘਾਟਾ ਹੋਵੇ ਅਤੇ ਪੂਰਾ ਪੂਰਾ ਆ ਕੇ ਅਤੇ 100 ਕਰੋੜ ਉੱਤੇ ਚਲਿਆ ਜਾਵੇ ਜੀ, ਇਹ 200% ਦਾ ਵਾਧਾ ਹੁੰਦਾ। 100 ਗੁਣਾ, 200 ਗੁਣਾ, 300 ਗੁਣਾ, 400 ਗੁਣਾ, ਕਿਸੇ ਦਾ 1,000 ਗੁਣਾ ਤਾਂ ਨਹੀਂ ਹੁੰਦਾ। ਅਮਿਤ ਸ਼ਾਹ ਦੇ ਮੁੰਡੇ ਦੀ ਜਿਹੜੀ ਕੰਪਨੀ ਆ, ਜੇ ਉਸ ਵੈੱਬ ਪੇਪਰ ਦੀ ਰਿਪੋਰਟ ਠੀਕ ਹੋਵੇ ਤਾਂ ਦੁਨੀਆ ਦੀ ਸ਼ਾਇਦ ਉਹ ਇਕੱਲੀ ਕੰਪਨੀ ਆ ਜਿਹਦੀ ਕਮਾਈ ਇਹਨਾਂ 3 ਸਾਲਾਂ ਦੇ ਵਿੱਚ 100 ਗੁਣਾ, 200 ਗੁਣਾ, 1,000 ਗੁਣਾ ਨਹੀਂ, 10,000 ਗੁਣਾ ਨਹੀਂ, 11,000 ਗੁਣਾ ਵੱਧ ਗਈ ਜੀ। ਉਹ ਕਹਿੰਦੇ ਜਿਹੜੀ ਕੰਪਨੀ 2013 ਤੱਕ ਘਾਟੇ 'ਚ ਚੱਲਦੀ ਸੀ, 2014 'ਚ ਇਹੋ ਜਿਹਾ ਕੀ ਵਾਪਰ ਗਿਆ ਕਿ ਇੱਕਦਮ ਉਹ ਕੰਪਨੀ ਵੱਧਦੇ ਜਾਣ ਲੱਗ ਪਈ? ਅਤੇ 2014 'ਚ ਤਾਂ ਇਹੋ ਹੀ ਵਾਪਰਿਆ ਕਿ ਮੋਦੀ ਅੰਕਲ ਦੀ ਸਰਕਾਰ ਬਣ ਗਈ ਜੀ, ਅਤੇ ਅਮਿਤ ਡੈਡੀ ਜਿਹੜੇ ਉਹਨਾਂ ਦੇ BJP ਦੇ ਪ੍ਰਧਾਨ ਬਣ ਗਏ, ਅਤੇ ਫਿਰ ਸਾਰੇ ਪਾਸਿਆਂ ਤੋਂ ਆਮਦਨ ਆਉਣ ਲੱਗ ਪਈ। ਇਹ ਕਿਆ ਫੇ ਆ? ਉਸ ਵੈੱਬ ਪੋਰਟਲ ਦੀ ਸਾਰੀ ਜਿਹੜੀ ਨਿਊਜ਼ ਆ ਉਹਨੂੰ ਲੈ ਕੇ ਕਾਂਗਰਸ ਪਾਰਟੀ ਦੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਸੀਨੀਅਰ ਲੀਡਰ ਕਪਿਲ ਸਿੱਬਲ ਨੇ, ਜਿਹੜਾ ਸੁਪਰੀਮ ਕੋਰਟ ਦਾ ਵੀ ਸੀਨੀਅਰ ਵਕੀਲ ਆ, ਉਹਨੇ ਪ੍ਰੈਸ ਕਾਨਫਰੰਸ ਕਰ ਦਿੱਤੀ, ਕਹਿੰਦਾ ਸਪਸ਼ਟੀਕਰਨ ਦੇਣ BJP ਵਾਲੇ। ਹੁਣ BJP ਵਾਲੇ ਕਹਿੰਦੇ ਆਪ ਨਹੀਂ ਉਹ ਪਿਓ ਪੁੱਤ ਬੋਲੇ, ਉਹਨਾਂ ਨੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਲਾ ਦਿੱਤਾ ਤੂੰ ਜਵਾਬ ਦੇ। ਉਹਨੇ ਕਹਿਤਾ ਜੀ ਜੋ ਵੀ ਹੋਇਆ, ਜਿੰਨੀ ਵੀ ਕਮਾਈ ਹੋਈ ਆ ਸਾਰੀ ਲੀਗਲ ਹੈ। ਇਹ ਨਹੀਂ ਦੱਸਿਆ ਕਿ ਕਮਾਈ 11,000 ਗੁਣਾ ਵਧੀ ਹੈ ਕਿ ਨਹੀਂ ਵਧੀ। ਜੇ 11,000 ਗੁਣਾ ਕਮਾਈ ਵਧੀ ਹੋਵੇ, ਭਾਵੇਂ ਉਹਦੀ ਲੀਗਲ ਵੀ ਹੋਵੇ ਜੀ, ਇਹ ਆਪਣੇ ਆਪ 'ਚ ਇੱਕ ਰਿਕਾਰਡ ਹੈ, ਇੰਨੀ ਜ਼ਿਆਦਾ ਕਿੱਦਾਂ ਵੱਧ ਗਈ? ਫਿਰ ਤਾਂ 100 ਗੱਲਾਂ ਸੁਣਨੀਆਂ ਵੀ ਪੈਣਗੀਆਂ, ਜਵਾਬ ਵੀ ਦੇਣੇ ਪੈਣਗੇ। ਅੱਗੇ ਲਲਿਤ ਮੋਦੀ ਤੋਂ
ਪੈਸੇ ਲਵਾਲੇ ਸੀ ਵਸੁੰਧਰਾ ਰਾਜੇ ਮੁੱਖ ਮੰਤਰੀ ਦੇ ਪੁੱਤਰ ਨੇ ਅਤੇ ਜਿੰਨੇ ਪੈਸੇ ਲਵਾਏ ਸੀ ਜਿਹੜਾ 10 ਰੁਪਈਏ ਵਾਲਾ ਸ਼ੇਅਰ ਸੀ ਇੱਕ ਸਾਲ ਦੇ ਅੰਦਰ ਅੰਦਰ 10,000 ਰੁਪਈਏ ਵਾਲਾ ਸ਼ੇਅਰ ਬਣ ਗਿਆ ਸੀ। ਉਹ ਜਿਸ ਤਰ੍ਹਾਂ ਹੋਇਆ ਸੀ ਉਹਦੇ ਤੋਂ ਵੀ ਰੌਲਾ ਪਿਆ ਸੀ, ਰੌਲਾ ਇਹ ਤੋਂ ਵੀ ਪੈਣਾ। ਸਫਾਈ ਇਹਨਾਂ ਨੂੰ ਦੇਣੀ ਪਊਗੀ, ਅਮਿਤ ਸ਼ਾਹ ਨੂੰ ਅਤੇ ਨਰਿੰਦਰ ਮੋਦੀ ਨੂੰ ਐਡਾ ਸੌਖਾ ਇਹ ਕੰਮ ਨਹੀਂ ਰਹਿ ਜਾਣਾ ਜੀ। ਪਰ ਸਾਹਿਬ, ਸੁੱਚਾ ਸਿੰਘ ਲੰਗਾਹ ਨੂੰ ਸਿੱਖੀ ਦੇ ਵਿੱਚੋਂ ਕੱਢ ਦਿੱਤਾ ਗਿਆ, ਹੁਣ ਲੰਗਾਹ ਕਾਨੂੰਨੀ ਲੜਾਈ ਲੜਨਾ ਚਾਹੁੰਦਾ ਹੈ। ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਿੱਖਾਂ ਨੂੰ ਹੁਕਮ ਹੈ ਕਿ ਉਸ ਨਾਲ ਕੋਈ ਸੰਬੰਧ ਨਾ ਰੱਖੇ। ਹੁਣ ਇਹੋ ਜਿਹੇ ਸਮੇਂ ਦੇ ਵਿੱਚ ਲੰਗਾਹ ਦਾ ਆਖਿਰਕਾਰ ਕੇਸ ਕੌਣ ਲੜੇਗਾ? ਇਹਨੂੰ ਕੁਝ ਅਖਬਾਰਾਂ ਨੇ ਇਸ ਢੰਗ ਨਾਲ ਪੇਸ਼ ਕੀਤਾ ਕਿ ਸੁੱਚਾ ਸਿੰਘ ਲੰਗਾਹ ਦੇ ਸਾਹਮਣੇ ਕਾਨੂੰਨੀ ਮਜਬੂਰੀ ਹੈ ਕਿ ਸਿੱਖ ਉਹਦਾ ਕੇਸ ਨਹੀਂ ਲੜਨਗੇ ਅਤੇ ਕਿਸੇ ਹਿੰਦੂ ਵਕੀਲ ਨੂੰ ਲੜਨਾ ਪਏਗਾ ਜੀ। ਇਹ ਕਾਨੂੰਨੀ ਨਾਲੋਂ ਵੱਡੀ ਉਹਦੇ ਸਾਹਮਣੇ ਧਾਰਮਿਕ ਮਜਬੂਰੀ ਵੀ, ਸਮਾਜੀ ਮਜਬੂਰੀ ਵੀ ਬਣਨੀ ਹੈ। ਕਿਉਂ ਬਣਨੀ? ਇਸ ਕਰਕੇ ਕਿ ਅਕਾਲ ਤਖ਼ਤ ਨੇ ਕਹਿ ਦਿੱਤਾ ਕਿ ਸੁੱਚਾ ਸਿੰਘ ਲੰਗਾਹ ਦੇ ਨਾਲ ਕਿਸੇ ਸਿੱਖ ਨੇ ਸੰਬੰਧ ਨਹੀਂ ਰੱਖਣੇ। ਅਕਾਲ ਤਖ਼ਤ ਨੇ ਇਹ ਤਾਂ ਨਹੀਂ ਆਖਿਆ ਕਿ ਉਹਦਾ ਕਾਨੂੰਨੀ ਕੇਸ ਵੀ ਨਹੀਂ ਲੜਨਾ। ਕਾਨੂੰਨੀ ਕੇਸ ਕੋਈ ਸਿੱਖ ਵਕੀਲ ਲੜ ਸਕਦਾ। ਸਮੱਸਿਆ ਦੂਸਰੀ ਆ, ਜੇ ਸਿੱਖ ਵਕੀਲ ਉੱਥੇ ਜਾ ਕੇ ਕੇਸ ਲੜੇਗਾ, ਇਹੋ ਆਖੇਗਾ ਲੰਗਾਹ ਦੇ ਉੱਤੇ ਝੂਠਾ ਕੇਸ ਬਣਾਇਆ ਗਿਆ ਜੀ, ਲੰਗਾਹ ਨੇ ਬਲਾਤਕਾਰ ਨਹੀਂ ਕੀਤਾ। ਜਦੋਂ ਅਕਾਲ ਤਖ਼ਤ ਕਹਿ ਚੁੱਕਾ ਕਿ ਇਹਨੇ ਬਲਾਤਕਾਰ ਕੀਤਾ, ਇਹਨੂੰ ਇਸ ਕਰਕੇ ਸਿੱਖੀ 'ਚੋਂ ਅਸੀਂ ਖਾਰਜ ਕਰਦੇ ਪਏ ਹਾਂ, ਜਿਹੜਾ ਸਿੱਖ ਜਾ ਕੇ ਉੱਥੇ ਅਦਾਲਤ ਵਿੱਚ ਇਹ ਆਖੇਗਾ ਕਿ ਇਹਨੇ ਨਹੀਂ ਕੀਤਾ, ਇਹਦਾ ਮਤਲਬ ਅਕਾਲ ਤਖ਼ਤ ਦੇ ਖਿਲਾਫ਼ ਬੋਲਦਾ ਹੋਵੇਗਾ। ਫਿਰ ਕੱਲ੍ਹ ਨੂੰ ਉਹ ਸਿੱਖ ਨੂੰ ਵੀ ਖਿੱਚਿਆ ਜਾ ਸਕਦਾ ਵਕੀਲ ਨੂੰ, ਕਿ ਜਦੋਂ ਅਕਾਲ ਤਖ਼ਤ ਇਹ ਕਹਿ ਚੁੱਕਾ ਕਿ ਇਹਨੇ ਆਹ ਕੰਮ ਕੀਤਾ ਅਤੇ ਤੂੰ ਉੱਥੇ ਜਾ ਕੇ ਕਹਿ ਰਿਹਾ ਕਿ ਨਹੀਂ ਕੀਤਾ, ਇਹ ਵੱਲ ਤੂੰ ਅਕਾਲ ਤਖ਼ਤ ਦੇ ਖਿਲਾਫ਼ ਬੋਲਦਾ। ਇੱਕ ਤੀਸਰੀ ਸਮੱਸਿਆ ਵੀ ਹੈ, ਫਰਜ਼ ਕਰੋ ਕੋਈ ਵਕੀਲ ਅਦਾਲਤ ਵਿੱਚ ਜਾ ਕੇ ਕੇਸ ਲੜਦਾ, ਕੇਸ ਲੜਨ ਤੋਂ ਬਾਅਦ ਭਾਵੇਂ ਕਾਨੂੰਨੀ ਨੁਕਤੇ ਲੱਭ ਲੈਣ, ਭਾਵੇਂ ਜਿਹੜੀ ਬੀਬੀ ਨੇ ਕੇਸ ਦਰਜ ਕਰਾਇਆ ਉਸ ਬੀਬੀ ਨਾਲ ਹੀ ਸਮਝੌਤਾ ਹੋ ਜਾਵੇ, ਜਾਂ ਗਵਾਹ ਜਿਹੜੇ ਉਹਦੇ ਪੱਖ ਦੇ ਭੁਗਤ ਜਾਣ ਜੀ, ਸੁੱਚਾ ਸੋ ਲੰਗਾਹ ਬਰੀ ਹੋ ਜਾਵੇ। ਅਕਾਲ ਤਖ਼ਤ ਨੇ ਉਹਨੂੰ ਦੋਸ਼ੀ ਠਹਿਰਾ ਕੇ ਸਿੱਖੀ 'ਚੋਂ ਖਾਰਜ ਕਰਤਾ ਅਤੇ ਅਦਾਲਤੀ ਲੜਾਈ ਵਿੱਚੋਂ ਬਰੀ ਹੋ ਜਾਵੇ, ਨੁਕਤੇ ਤਾਂ ਫਿਰ ਉੱਠਣਗੇ ਕਿ ਅਕਾਲ ਤਖ਼ਤ ਨੇ ਇਹਨੂੰ ਫਿਰ ਬਰੀ ਕਿੱਦਾਂ ਸਿੱਖੀ 'ਚੋਂ ਕਿੱਦਾਂ ਕੱਢ ਦਿੱਤਾ ਸੀ, ਇਹ ਤਾਂ ਬੰਦਾ ਬੇਗਨਾਹ ਸਾਬਤ ਹੋਇਆ। ਅਕਾਲ ਤਖ਼ਤ ਦਾ ਫੈਸਲਾ ਅਤੇ ਕਾਨੂੰਨੀ ਫੈਸਲਾ ਇੱਕ ਦੂਸਰੇ ਵਿੱਚ ਤੜਾਵਾਂ ਇਸ ਤਰ੍ਹਾਂ ਉਲਝੀਆਂ ਪਈਆਂ ਕਿ ਇਸ ਫੈਸਲੇ ਦੇ ਉੱਤੇ ਅਕਾਲ ਤਖ਼ਤ ਦੇ ਫੈਸਲੇ ਦਾ ਵਿਕਾਸ ਸਤਿਕਾਰ ਨਿਰਭਰ ਕਰਦਾ। ਕਿਸੇ ਵੀ ਕਾਰਨ ਕਰਕੇ ਜੇ ਅਦਾਲਤ ਵਿੱਚ ਜਾ ਕੇ ਕੇਸ ਡਿੱਗ ਪਿਆ ਤਾਂ ਅਕਾਲ ਤਖ਼ਤ ਵਾਲੇ ਹੁਕਮਨਾਮੇ ਨੂੰ ਵੀ ਕਈਆਂ ਲੋਕਾਂ ਨੇ ਚੁਣੌਤੀ ਦੇਣੀ ਹੈ, ਨੁਕਤਾਚੀਨੀ ਹੋ ਸਕਦੀ ਜੀ। ਪਨੂ ਸਾਹਿਬ, ਦਰਸ਼ਕਾਂ ਕੋਲੋਂ ਵੀ ਇਜਾਜ਼ਤ ਲੈਣ ਦਾ ਸਮਾਂ ਆ ਚੁੱਕਾ। ਸੋ ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਬਸ ਇੰਨਾ ਹੀ। ਮੈਨੂੰ ਮਨਪ੍ਰਤਿੰਦਰ ਸ਼ਰਮਾ ਨੂੰ ਅਤੇ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ। आप सब दा प्राइम एशिया टीवी नू अथाह प्यार देने लई तहे दिलों धन्यवाद। साडे अगले प्रोग्रामां दीआं अपडेट्स लई यूट्यूब ते सबसक्राइब दा बटन जरूर दबाओ ते साडे फेसबुक पेज नू लाइक करना भी ना भुलना। प्राइम एशिया टीवी, तुहाडा अपना, तुहाडे लई।